ਦੋਸਤੋ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਅਸੀਂ ਸਮੇਂ ਸਮੇਂ ਤੇ ਦੇਸੋਂ ਆਏ ਹੋਏ ਕਲਾਕਾਰਾਂ ਦੇ ਨਾਲ ਸਾਹਿਤਕਾਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਰਹਿੰਦੇ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਗੀਤਕਾਰ ਸੰਗੀਤਕਾਰ ਤੇ ਅਦਾਕਾਰ ਰਾਜ ਬਰਾੜ ਹੋਣਾ ਨੂੰ ਤੁਹਾਡੇ ਰੂਬਰੂ ਕਰਨ ਦੀ ਖੁਸ਼ੀ ਲੈ ਰਹੇ ਹਾਂ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਨਿੱਕੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸੰਧੂ ਸਭ, ਤੁਹਾਨੂੰ ਵੀ ਤੇ ਵਤਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਰਾਜ ਜੀ, ਤੁਸੀਂ ਕਿਸੇ ਵੇਲੇ ਰਾਜ ਮਲਕਿਆਂ ਵਾਲੇ ਦੇ ਨਾਂ ਨਾਲ ਮਸ਼ਹੂਰ ਰਹੇ ਹੋ, ਤੁਹਾਡਾ ਅਸਲ ਨਾਂ ਕੀ ਹੈ ਜੀ? ਅਸਲੀ ਨਾਂ ਮੇਰਾ ਜੀ ਰਾਜਵਿੰਦਰ ਸਿੰਘ ਬਰਾੜ, ਔਰ ਘਰਦਿਆਂ ਨੇ ਪਿਆਰ ਨਾਲ ਛੋਟੀ ਉਮਰ ਜਦੋਂ ਮੈਂ ਸਕੂਲ ਸੀ ਤਾਂ ਪਿਆਰ ਨਾਲ ਰਾਜਾ ਕਹਿੰਦੇ ਸੀ। ਫਿਰ ਪਹਿਲਾਂ ਕਹਾਂ ਤਾਂ ਪਹਿਲਾਂ ਖੇਤੀਬਾੜੀ ਜਾਣੀ ਕਹੀਏ ਕਾਸ਼ਤਕਾਰ, ਫਿਰ ਗੀਤਕਾਰ, ਅਤੇ ਗੀਤਕਾਰੀ ਦੇ ਵਿੱਚ ਜਿੰਨੇ ਕੁ ਗਾਣੇ ਮੇਰੇ ਸਮਕਾਲੀ ਮੈਥੋਂ ਸੀਨੀਅਰ ਸਿੰਗਰਾਂ ਨੇ ਗਾਏ ਉਹਦੇ ਨਾਲ ਨਾਮ ਮਸ਼ਹੂਰ ਹੋਇਆ, ਅਤੇ ਫਿਰ ਮੈਂ ਇੱਕ ਇਮਤਿਹਾਨ ਹੋਰ ਦਿੱਤਾ ਗਾਇਕੀ ਦਾ। ਪਹਿਲਾਂ ਬੰਤੋ ਐਲਬਮ ਨਾਲ ਮੈਂ ਇਮਤਿਹਾਨ ਦਿੱਤਾ, ਉਹਦੇ ਮੈਂ ਫੇਲ ਹੋ ਗਿਆ। ਫਿਰ ਸਾਡੇ ਵਾਰੀ ਰੰਗਮੁਕਾ ਨਾਲ ਮੈਂ ਦੁਬਾਰਾ ਇਮਤਿਹਾਨ ਦਿੱਤਾ, ਤਾਂ ਉਸ 'ਚ ਮੈਨੂੰ ਮੇਰੇ ਦਰਸ਼ਕਾਂ ਨੇ, ਚੋਣ ਵਾਲਿਆਂ ਨੇ ਪਾਸ ਕਰਤਾ, ਅਤੇ ਇੱਕ ਗਾਇਕ ਦੇ ਤੌਰ 'ਤੇ ਮੈਂ ਲੋਕਾਂ ਦੇ ਰੂਬਰੂ ਹੋਇਆ। ਮਸ਼ਹੂਰ ਹੋਇਆ, ਲੋਕਾਂ ਦਾ ਪਿਆਰ ਮਿਲਿਆ, ਔਰ ਉਸ ਤੋਂ ਬਾਅਦ ਮੈਂ ਇਮਤਿਹਾਨ 'ਤੇ ਇਮਤਿਹਾਨ ਆਪਣਾ ਦਿੰਦਾ ਗਿਆ, ਕਿਤੇ ਸੰਗੀਤਕਾਰ, ਕਿਤੇ ਪ੍ਰੋਡਿਊਸਰ, ਕਿਤੇ ਅਦਾਕਾਰ। ਮੈਂ ਜਵਾਨੀ ਜ਼ਿੰਦਾਬਾਦ, ਮੇਰੀ ਫਿਲਮ ਇੱਥੇ ਕੈਨੇਡਾ ਦੇ ਵਿੱਚ ਖਾਸ ਕਰਕੇ ਜ਼ਿਆਦਾ ਪਸੰਦ ਕੀਤੀ ਗਈ ਹੈ। ਅਤੇ ਅੱਗੇ ਨੂੰ ਨਵੇਂ ਇਮਤਿਹਾਨ ਜਾਰੀ ਹੈ ਜੀ। ਤੁਹਾਡਾ ਜਿਹੜਾ ਗੀਤਕਾਰੀ ਦਾ ਸਫ਼ਰ ਹੈ ਉਹ ਕਿੱਥੋਂ ਸ਼ੁਰੂ ਹੋਇਆ ਜੀ? ਖੇਤੋਂ ਸ਼ੁਰੂ ਹੋਇਆ ਸੀ ਜੀ। ਠੀਕ ਹੈ ਜੀ। ਸਾਡੇ ਪਿੰਡ ਸੀ, ਸਾਡੇ ਸੀਰੀ ਸੀਗੇ, ਜੱਗੀ ਸਿੰਘ ਸਾਡੇ ਪਿੰਡ ਤੋਂ ਹੀ ਸਾਡੇ ਸੀਰੀ ਹੁੰਦੇ ਸੀ। ਮੈਂ ਉਹਨਾਂ ਦੇ ਰੋਟੀ ਲੈ ਕੇ ਜਾਂਦਾ ਹੁੰਦਾ ਸੀ। ਉਹ ਅਨਪੜ੍ਹ ਸੀਗੇ, ਪਰ ਉਹ ਗਾਣੇ ਲਿਖਦੇ ਹੁੰਦੇ ਸੀ, ਉਹ ਸੋਚ ਕੇ ਮੈਨੂੰ ਦੱਸਦੇ ਹੁੰਦੇ, ਮੈਂ ਲਿਖਦਾ ਹੁੰਦਾ ਸੀ। ਜਾਣੀ ਕਿ ਉਹ ਕੰਮ ਲੱਗੇ ਹੁੰਦੇ ਸੀ, ਮੈਂ ਤਾਂ ਕੰਮ ਕਰਦਾ ਨਹੀਂ, ਸਿਰਫ ਰੋਟੀ ਲੈ ਕੇ ਜਾਂਦਾ ਸੀ, ਉਹਨਾਂ ਦਾ ਵੀ ਕੰਮ ਛਡਾ ਲੈਂਦਾ ਸੀ ਨਾਲ ਜਾ ਕੇ। ਉਹਨਾਂ ਨੂੰ ਲਿਖਣ 'ਤੇ ਮੈਨੂੰ ਹੋਇਆ ਵੀ ਇੱਕ ਅਨਪੜ੍ਹ ਬੰਦਾ ਜੇ ਗੀਤ ਲਿਖ ਸਕਦਾ, ਮੈਂ ਵੀ ਕੋਸ਼ਿਸ਼ ਕਰਾਂ। ਮੈਂ ਕੋਸ਼ਿਸ਼ ਜਾਰੀ ਰੱਖੀ, ਦਸਵੀਂ ਕਲਾਸ ਦੇ ਵਿੱਚ ਮੈਂ ਲਿਖਣਾ ਸ਼ੁਰੂ ਕਰਤਾ ਸੀ, ਪਰ ਸੰਗ ਦਾ ਕਿਸੇ ਨੂੰ ਦਿਖਾਉਂਦਾ ਨਹੀਂ ਸੀ। ਹੌਲੀ ਹੌਲੀ ਸਾਡੇ ਪਿੰਡ ਤੋਂ ਹੀ ਸਾਡੇ ਇਸੇ ਟੂਰ 'ਚ ਆਏ ਹੋਏ ਆ ਗੁਰਮੇਲ ਭੱਟੀ, ਹੁਣ ਗੁਰਮੇਲ ਮਲਕੇ ਦੇ ਨਾਮ ਨਾਲ ਜਾਣੇ ਜਾਂਦੇ ਆ, ਅਤੇ ਉਹ ਦਿਲਸ਼ਾਦ ਅਖਤਰ ਦੇ ਸ਼ਾਗਿਰਦ ਸੀਗੇ, ਅਤੇ ਉਹਨਾਂ ਨਾਲ ਉਹਨੇ ਮੇਰੇ ਗਾਣੇ ਪੜ੍ਹ ਕੇ ਥੋੜ੍ਹੇ ਮੈਨੂੰ ਜੇ ਸਿੱਧੇ ਸ਼ਬਦਾਂ ਕਹੀਏ ਹਵਾ ਛਕਾਉਣੀ ਸ਼ੁਰੂ ਕੀਤੀ, ਵੀ ਠੀਕ ਲਿਖਦਾ ਸੁਣਾਇਆ ਕਰ। ਫਿਰ ਇਸ ਤੋਂ ਬਾਅਦ ਮੈਂ ਇਸ ਲਾਈਨ ਦੇ ਵਿੱਚ ਹੋਰ ਆਰਟਿਸਟ ਨੂੰ ਮਿਲਣਾ ਸ਼ੁਰੂ ਹੋਇਆ, ਤਾਂ ਜਦੋਂ ਕਮਾਨ ਸਾਹਿਬ ਨਾਲ, ਜਰਨੈਲ ਕਮਾਨ ਸਾਹਿਬ ਨਾਲ ਮੇਲ ਹੋਇਆ, ਤਾਂ ਉੱਥੇ ਫਿਰ ਸਾਡੇ ਕੁਛ ਗੀਤ ਰਿਕਾਰਡ ਹੋਏ, ਜਿਵੇਂ ਬਿੰਦਰ ਖਿਆ ਸਾਹਿਬ ਨੇ ਗਾਇਆ ਲੱਭ ਕਿਤੋਂ ਲੱਭ ਕਿਤੋਂ ਭਾਬੀ, ਹਰਭਜਨ ਮਾਨ ਨੇ ਗਾਇਆ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ, ਫਿਰ ਇੰਦਰਜੀਤ ਨਿੱਕੂ ਨਸੀਬੋ ਚੇਤੇ ਕਰਦੀ ਹੈ ਸਤ ਜੋਗੀ ਬਣੇ ਨਹੀਂ ਜਾਣਾ ਤੂੰ ਨਾ ਕਰੀ ਸਹੀਰ ਦੀਆਂ, ਫਿਰ ਇੱਕ ਤੋਂ ਇੱਕ ਹੁਣ ਮੈਨੂੰ ਕਈ ਵਾਰ ਖੁਦ ਵੀ ਯਾਦ ਨਹੀਂ, ਕਾਫੀ ਗੀਤ ਰਿਕਾਰਡ ਹੋਏ ਸਾਰੇ, ਕੁਲਦੀਪ ਮਾਨਕ ਸਾਹਿਬ, ਮੁਹੰਮਦ ਸਦੀਕ ਸਾਹਿਬ, ਸਤਵਿੰਦਰ ਬੁੱਗਾ, ਸਤੂਲ ਭਾਜੀ, ਹੰਸ ਜੀ, ਸਾਰਿਆਂ ਨੇ ਫਿਰ ਗੀਤ ਗਾਏ, ਤੋਂ ਅੱਜ ਤੱਕ ਵੀ ਜੋ ਮੇਰੇ ਦੋਸਤ ਹੈ ਗਾਇਕ, ਮੈਂ ਉਹਨਾਂ ਲਈ ਕਦੇ ਨਾ ਕਦੇ ਕੋਈ ਨਾ ਕੋਈ ਗੀਤ ਲਿਖਦਾ ਰਹਿੰਦਾ। ਰਾਜ ਮਲਕਿਆਂ ਵਾਲੇ ਤੋਂ ਰਾਜ ਬਰਾੜ ਬਣਨ ਦਾ ਜਿਹੜਾ ਸਫ਼ਰ ਹੈ ਉਹ ਕਦੋਂ ਸ਼ੁਰੂ ਹੋਇਆ? ਇਹ ਕੋਸ਼ਿਸ਼ ਸ਼ੁਰੂ ਹੋਈ ਜੀ 96 'ਚ, ਪਹਿਲੀ ਐਲਬਮ ਬੰਤੋ ਨਾਲ ਕਾਮਯਾਬ ਹੋਈ 98 'ਚ ਸਾਡੇ ਵਾਰੀ ਰੰਗ ਮੁੱਕਿਆ ਨਾਲ, ਅਤੇ ਉਸ ਤੋਂ ਬਾਅਦ ਮੈਂ ਤਜਰਬੇ ਕਰਦਾ ਗਿਆ, ਕਿਉਂਕਿ ਗੀਤਾਂ ਦੇ ਕਈ ਰੂਪ ਹੈ, ਕੁਝ ਗੀਤ ਸਾਡਾ ਨਾਂ ਬਣਾਉਂਦੇ ਆ ਜਿਹਦੇ ਨਾਲ ਸਾਡਾ ਨਾਮ ਜਾਣਿਆ ਜਾਂਦਾ, ਕੁਝ ਗੀਤ ਹੈ ਸਾਨੂੰ ਕਮਾਈ ਦੇ ਕੰਮ ਆਉਂਦੇ ਆ ਜਿਹੜੇ ਅਸੀਂ ਪ੍ਰੋਗਰਾਮਾਂ 'ਚ, ਵਿਆਹ ਸ਼ਾਦੀਆਂ 'ਚ ਗਾਉਣੇ ਆ, ਕੁਛ ਗਾਣੇ ਹੁੰਦੇ ਆ ਜਿਹੜੇ ਅਸੀਂ ਆਪਦਾ ਫਰਜ਼ ਸਮਝ ਕੇ ਸਾਨੂੰ ਗਾਉਣੇ ਚਾਹੀਦੇ, ਜਦੋਂ ਸਾਨੂੰ ਲੋਕ ਪਿਆਰ ਕਰਨ ਲੱਗ ਪੈਣ, ਜਦੋਂ ਸਾਨੂੰ ਇੱਜ਼ਤ ਮਿਲਣ ਲੱਗ ਪਏ, ਸਾਨੂੰ ਲੋਕ ਜਾਣਨ ਲੱਗ ਪੈਣ ਕਿ ਜਿਹੜੀ ਲੈਂਗੁਏਜ ਤੋਂ, ਜਿਹੜੀ ਭਾਸ਼ਾ ਤੋਂ ਅਸੀਂ ਕਮਾ ਰਹੇ ਹਾਂ, ਜਿਹੜੇ ਸੱਭਿਆਚਾਰ ਤੋਂ ਅਸੀਂ ਕਮਾ ਰਹੇ ਹਾਂ, ਜਿਹੜੇ ਲੋਕਾਂ ਤੋਂ ਅਸੀਂ ਕਮਾ ਰਹੇ ਹਾਂ, ਉਹਨਾਂ ਦੇ ਦੁੱਖ ਦਰਦ ਲਈ ਕੋਈ ਚੰਗੇ ਗੀਤ ਗਾਈਏ, ਉਹ ਗੀਤ ਹੁੰਦੇ ਜਿਹਨਾਂ ਤੋਂ ਇੱਜ਼ਤ ਮਿਲਦੀ ਹੈ, ਇੱਕ ਸਤਿਕਾਰ ਮਿਲਦਾ ਸਰੋਤਿਆਂ ਵੱਲੋਂ। ਜਿਵੇਂ ਪਿੱਛੇ ਮੇਰਾ ਡਾਇਰੈਕਟਰ ਹੈ, ਇੱਕ ਫੋਰ ਡਾਇਰੈਕਟਰ ਦਾ ਗਾਣਾ ਫਿਰ ਮਸ਼ਹੂਰ ਹੋਇਆ ਸੀ, ਪੁੱਤ ਵਰਗਾ ਫੋਰ ਡਾਇਰੈਕਟਰ ਜੱਟ ਨੇ ਵਿੱਚ ਰੋ ਰੋ ਕੇ ਇਸ ਤਰ੍ਹਾਂ ਦੇ ਪਹਿਲਾਂ ਵੀ ਪੰਜਾਬ ਗਾਣਾ ਸੀ ਲੋਕ ਸਭਾ ਤੋਂ, ਲੈ ਲੈ ਤੂੰ ਸਰਪੰਚੀ ਵੀ ਸਰਕਾਰੀ ਪੈਸਾ ਖਾਵਾਂਗੇ, ਰਿਸ਼ਵਤ ਖੋਰੀ ਦੇ ਉੱਪਰ ਸੀ ਪਹਿਲਾਂ, ਰਿਸ਼ਵਤ ਖੋਰ ਸੀ ਅੜੀਏ, ਲੁੱਟਦੇ ਮੌਜ ਬਹਾਰਾਂ ਨੀ 6 ਮਹੀਨਿਆਂ ਵਿੱਚ ਬਣ ਜਾਂਦੇ ਸੀ। ਇਸ ਤਰ੍ਹਾਂ ਫਿਰ ਮੈਂ ਗੀਤ ਇੱਕ ਦੋ ਗੀਤ ਆਪਦੀ ਐਲਬਮ ਪਾਉਣਾ ਰਹਿੰਦਾ ਕਿ ਜੋ ਸਾਡਾ ਫਰਜ਼ ਬਣਦਾ ਗਾਉਣ ਦਾ।
ਬੈਟ ਸਾਹਿਬ ਹੁਣ ਤੱਕ ਕਿੰਨੀਆਂ ਕੁ ਮਿਊਜ਼ਿਕ ਐਲਬਮਸ ਆ ਚੁੱਕੀਆਂ? ਤਕਰੀਬਨ 13 ਦੇ ਆਸ ਪਾਸ ਜੀ। ਠੀਕ ਹੈ ਜੀ। ਔਰ ਇੱਕ ਫਿਲਮ ਨਾਲ ਜੀ, ਉਹ ਵੀ ਕੁਛ ਵੀ ਗਾਣੇ ਪੂਰੇ ਸੀਗੇ, ਤਕਰੀਬਨ 14 ਦੇ ਆਸ ਪਾਸ ਹੋ ਗਏ। ਠੀਕ ਹੈ ਜੀ। ਫਿਲਮ ਦਾ ਜ਼ਿਕਰ ਤੁਸੀਂ ਨੇ ਕੀਤਾ, ਕਿਵੇਂ ਦਾ ਰਿਸਪੋਂਸ ਰਿਹਾ? ਕੈਨੇਡਾ ਦੇ ਵਿੱਚੋਂ ਬਹੁਤ ਜ਼ਿਆਦਾ ਰਿਸਪੋਂਸ ਰਿਹਾ, ਔਰ ਮੈਂ ਕੈਨੇਡਾ ਵਾਸੀਆਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ, ਨਹੀਂ ਤਾਂ ਸੱਚੀ ਰਗੜੇ ਗਏ ਸੀਗੇ। ਪਰ ਇਹ ਵੀ ਕੈਨੇਡਾ 'ਚ ਕਾਮਯਾਬ ਜਿੰਨੀ ਮਰਜ਼ੀ ਜੀ, ਪਰ ਕੈਨੇਡਾ ਵਾਲੇ ਜਿੰਨੇ ਕੁ ਪ੍ਰੋਡਿਊਸਰ ਆ, ਫਿਰ ਵੀ ਬਾਕੀ ਆਰਟਿਸਟ ਨੂੰ ਸਾਈਨ ਕਰ ਲੈਂਦੇ, ਮੈਨੂੰ ਪ੍ਰੋਡਿਊਸਰ ਨਹੀਂ ਲੱਭਿਆ, ਹੁਣ ਮੈਂ ਦੂਜਿਆਂ ਦੀਆਂ ਫਿਲਮਾਂ ਦੇਖ ਕੇ ਦਿਲ ਪਰਚਾਉਣਾ। ਮੈਂ ਚੱਲਿਆ ਇੱਥੋਂ, ਮੈਂ ਨਹੀਂ ਰਹਿਣਾ ਇੱਥੇ। ਕੀ ਗੱਲ? ਅੱਛਾ, ਇੱਕ ਤਾਂ ਮੈਂ ਭਾਂਡੇ ਮਾਂਜਾ, ਫਿਲਮਾਂ ਦੀ ਗੱਲ ਛੱਡ ਕੇ ਜੇ ਆਪਾਂ ਦੂਸਰੀ ਮਿਊਜ਼ਿਕ ਐਲਬਮਸ ਵੱਲ ਆਈਏ, ਕੋਈ ਨਵੀਂ ਆ ਰਹੀ ਐਲਬਮ ਤੁਹਾਡੀ? ਮੈਂ ਇੱਕ ਐਲਬਮ ਕਾਫੀ ਦੇਰ ਦੀ ਕੀਤੀ ਪਈ ਆ, ਸਿਰਫ ਇਸ ਕਰਕੇ ਕਿ ਮੈਂ ਸ਼ੇਵ ਕਰਦਾ, ਵਾਲ ਕੱਢਦਾ, ਉਹ ਪੱਕੀ ਬਾਣੀ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਲੋਕ ਨੇ, ਉਹ ਮੈਂ ਰਿਲੀਜ਼ ਨਹੀਂ ਕੀਤੀ, ਰੱਖੀ ਬੈਠਾ, ਮੈਂ ਕੋਸ਼ਿਸ਼ ਕਰੂੰਗਾ ਕਿ ਉਹਨੂੰ ਰਿਲੀਜ਼ ਕਰ ਸਕਾਂ, ਇੱਕ ਧਾਰਮਿਕ ਗਾਣਿਆਂ ਦੀ ਐਲਬਮ ਉਹ ਰਿਲੀਜ਼ ਕਰਾਂ। ਅਤੇ ਬਾਕੀ ਜਿਵੇਂ ਰਵਾਇਤ ਚੱਲਦੀ ਹੈ ਕਿ ਸੀਜ਼ਨ ਆਉਣ ਵਾਲਾ, ਵਿਆਹਾਂ ਸ਼ਾਦੀਆਂ ਦੇ, ਕਦੀ ਨੱਚਣ ਟੱਪਣ ਵਾਲੀ, ਉਹ ਵੀ ਤਿਆਰ ਹੈ। ਗੀਤਕਾਰੀ ਤੋਂ ਗਾਇਕੀ ਵੱਲ ਦਾ ਸਫ਼ਰ, ਅਤੇ ਸ਼ੁਰੂ ਤੋਂ ਜਦੋਂ ਤੁਸੀਂ ਗੀਤ ਲਿਖਣੇ ਸ਼ੁਰੂ ਕੀਤੇ ਜਾਂ ਗਾਉਣਾ ਸ਼ੁਰੂ ਕੀਤਾ, ਮਾਪਿਆਂ ਦਾ ਕੀ? ਮੇਰੇ ਪਿਤਾ ਜੀ ਨਹੀਂ ਰਹੇ, 2004 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀਗੀ। ਉਹਨਾਂ ਨੇ ਨਾ ਤਾਂ ਮੈਨੂੰ ਰੋਕਿਆ, ਨਾ ਮੈਂ ਰੋਕਿਆ, ਜਾਣੀ ਕਿ ਥੋੜ੍ਹਾ ਬਹੁਤ ਡਾਂਟ ਕੇ, ਪਰ ਮੈਨੂੰ ਖੁੱਲ੍ਹ ਵੀ ਦਿੰਦੇ ਰਹੇ। ਬਸ ਮੇਰੀ ਮਾਂ ਨੂੰ ਅੱਜ ਵੀ ਜੇ ਕਹੀਏ, ਕੋਈ ਕਹਿ ਦਿੰਦੀ ਹੈ ਵੀ ਠੀਕ ਹੈ, ਟੀ ਵੀ 'ਤੇ ਵੀ ਆਉਂਦਾ, ਪੈਸੇ ਵੀ ਕਮਾ ਲੈਂਦਾ, ਬਾਹਰ ਦੁਨੀਆ ਕੈਨੇਡਾ ਅਮਰੀਕਾ ਵੀ ਜਾ ਜਾਂਦਾ, ਪਰ ਜੇ ਕੋਈ ਪੁੱਛਦਾ ਤਾਂ ਉਹਨੂੰ ਦੱਸਣ ਲੱਗੇ ਸੰਗ ਜੀ ਲੱਗਦੀ ਹੈ, ਤੁਹਾਡਾ ਮੁੰਡਾ ਕੀ ਕੰਮ ਕਰਦਾ। ਮੇਰਾ ਗੀਤ ਹੈ ਵਿੱਚ, ਉਹ ਮੈਂ ਹਜੇ ਗਾਇਆ ਨਹੀਂ ਗਾ, ਜਿਵੇਂ 4 ਟਰੈਕਟਰ ਮੇਰਾ ਹੋਣਾ ਹੈ, ਉਹਦਾ ਜਵਾਬ ਹੀ ਸੀ ਕਿ ਇੱਕ ਸਰਕਾਰਾਂ ਦਾ ਕਸੂਰ ਹੈ ਕਿ ਜੱਟਾ ਤੇਰੀ ਜ਼ਿੰਦਗੀ ਦੀ ਤਸਵੀਰ ਬਦਲਦੀ ਨਹੀਂ, ਸਰਕਾਰ ਬਦਲਦੀ ਰਹਿੰਦੀ ਹੈ, ਤਕਦੀਰ ਬਦਲਦੀ ਨਹੀਂ। ਵੀ ਕੁਛ ਸਰਕੋ ਜਿਹੜਾ ਪਹਿਲਾਂ ਉਹਦੇ ਉਲਟ ਵੀ ਲਿਖਿਆ ਗਿਆ ਸੀ ਗਾਣਾ, 4 ਤਾਂ ਵਿਕਣਾ ਹੀ ਸੀ, ਉਹ ਵੀ ਸੱਚ ਸੀ, ਇੱਕ ਮੈਂ ਵੀ ਲਿਖਿਆ ਸੀ ਕਿ ਉਹਦਾ ਲਾਸਟ ਪੈਰਾ ਹੈ ਕਿ ਆਂਢ ਗੁਆਂਢ ਸ਼ਰੀਕੇ ਵਿੱਚ ਸਭ ਗੱਲਾਂ ਕਰਦੇ ਸੀ, ਤਾਨੇ ਮਿਹਣੇ ਰਾਜ ਤੇ ਬਿਜਲੀ ਬਣ ਬਣ ਵਰਦੇ ਸੀ, ਰਤਾ ਖਿਆਲ ਨਹੀਂ ਕਰਦਾ ਪਿਓ ਦੀ ਪੱਗ ਦੇ ਟੋਰੇ ਦਾ, ਨੀ ਭੈਣੇ ਇੰਨਾ ਵਿਗੜ ਗਿਆ ਏ ਪੁੱਤ ਪਿਛੋਰੇ ਦਾ, ਕਿਹੜੇ ਕੰਮ 'ਚ ਪੈ ਗਿਆ ਜੰਮ ਕੇ ਘਰੇ ਬਰਾੜਾਂ ਦੇ, ਪੜ੍ਹ ਲਿਖ ਕੇ ਵੀ ਤੁਰਿਆ ਫਿਰਦਾ ਨਾਲ ਨਚਾਰਾਂ ਦੇ, ਡਾਢੇ ਬਦਲਤੀਆਂ ਤਕਦੀਰਾਂ, ਅਸੀਂ ਵੀ ਉਹੀ ਜੱਟ ਹੁੰਦੇ ਸੀ, ਹੁਣ ਢੋਲੇ ਮਾਹੀਏ ਟੱਪੇ ਕਦੇ ਹੀਰਾ। ਪਿੰਡ ਛੱਡ ਕੇ ਚੰਡੀਗੜ੍ਹ ਜਾ ਕੇ ਨਿਵਾਸ ਕੀਤਾ ਜੀ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਜੀ, ਉਹਦੇ ਬਾਰੇ ਮਾੜਾ ਜਿਹਾ ਪੁੱਛੋ ਜੀ। ਹਾਂਜੀ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਮੈਨੂੰ, ਮੈਂ ਉੱਥੇ ਪੜ੍ਹਨ ਹੀ ਗਿਆ ਸੀ ਉੱਥੇ ਹੀ ਮੈਂ, ਅਤੇ ਪੜ੍ਹਦੇ ਪੜ੍ਹਦੇ ਜੋ ਵਾਪਸ ਆਏ ਤਾਂ ਇੱਕ ਸੁਪਨਾ ਦਿਲ 'ਚ ਸੀ ਕਿ ਜੇ ਕਦੇ ਰੱਬ ਨੇ ਖੇਤਾਂ 'ਚੋਂ ਕੱਢ ਕੇ ਸ਼ਹਿਰ ਰਹਿਣ ਦਾ ਮੌਕਾ ਦਿੱਤਾ, ਪਿੰਡ 'ਚੋਂ ਕੱਢ ਕੇ ਸ਼ਹਿਰ ਰਹਿਣ ਦਾ ਮੌਕਾ ਮਿਲਿਆ, ਤਾਂ ਚੰਡੀਗੜ੍ਹ ਰਹਾਂਗੇ, ਹੋਰ ਕੋਈ ਸ਼ਹਿਰ ਮੈਨੂੰ ਰਾਸ ਨਹੀਂ ਆਉਣਾ। ਅਤੇ ਚਾਹੇ ਦੇਰ ਨਾਲ ਪੂਰਾ ਕੀਤਾ, ਰੱਬ ਨੇ ਮੇਰਾ ਸੁਪਨਾ ਤਕਰੀਬਨ ਪੂਰਾ ਕੀਤਾ। ਉੱਥੋਂ ਫਿਰ ਬਾਹਰ ਆਉਣਾ, ਉਹ ਲੋਕਾਂ ਦਾ ਪਿਆਰ ਸੀ ਕਿ ਜਿੱਥੇ ਸਰੋਤੇ ਵੱਸਦੇ ਉੱਥੇ ਜਾ ਕੇ ਉਹਨਾਂ ਦੇ ਰੂਬਰੂ ਹੋਣਾ ਪੈਂਦਾ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ, ਜਿਵੇਂ ਇੱਕ ਪੁਲਿਸ ਵਾਲੇ ਦਾ ਹੀ ਸੁਪਨਾ ਹੁੰਦਾ ਹੈ ਕਿ ਮੇਰਾ ਰੋਬ ਹੋਵੇ, ਅਤੇ ਇੱਕ ਬਦਮਾਸ਼ ਦਾ ਸੁਪਨਾ ਹੁੰਦਾ ਕਿ ਮੇਰੀ ਦਹਿਸ਼ਤ ਹੋਵੇ, ਇੱਕ ਲੀਡਰ ਦਾ ਸੁਪਨਾ ਹੁੰਦਾ ਕਿ ਮੇਰੇ ਆਲੇ ਦੁਆਲੇ 4 ਬੰਦੇ ਸਲੂਟ ਮਾਰਨ ਵਾਲੇ ਹੋਣ, ਐਵੇਂ ਇੱਕ ਕਲਾਕਾਰ ਦਾ ਸੁਪਨਾ ਹੁੰਦਾ ਕਿ ਮੈਨੂੰ ਕਿਵੇਂ ਲੋਕ ਵੱਧ ਤੋਂ ਵੱਧ ਪਿਆਰ ਕਰਨ, ਕਿਵੇਂ ਮੇਰੇ ਨੇੜੇ ਆਉਣ, ਕਿਵੇਂ ਮੈਂ ਲੋਕਾਂ ਦੇ ਦਿਲਾਂ 'ਚ ਵਸਾਂ, ਉਹ ਸੁਪਨਾ ਲੈ ਕੇ ਹਰ ਥਾਂ ਤੁਰੇ ਫਿਰਦੇ ਫਿਰ ਦੁਨੀਆਂ 'ਚ। ਹੁਣ ਤੱਕ ਦਾ ਗੀਤਕਾਰੀ ਦਾ, ਸੰਗੀਤਕਾਰੀ ਦਾ, ਗਾਇਕੀ ਦਾ ਜਾਂ ਅਦਾਕਾਰੀ ਦਾ, ਜਿੰਨਾ ਵੀ ਤੁਹਾਡਾ ਹੁਣ ਤੱਕ ਦੀ ਹਿਸਟਰੀ ਆ, ਕਿੰਨੇ ਕੁ ਸੰਤੁਸ਼ਟ ਹੋ ਇਸ ਤੋਂ? ਮੈਂ ਜੀ ਤਕਰੀਬਨ ਆਪਣੇ ਕੰਮ ਤੋਂ ਹਰ ਪਾਰਟ ਵਾਈਜ਼ ਮੈਂ ਸੰਤੁਸ਼ਟ ਹੁੰਦਾ। ਗੀਤਕਾਰੀ ਕਰੀ ਦੀ ਹੈ ਤਾਂ ਮੈਂ ਗੀਤਕਾਰ ਸੰਤੁਸ਼ਟ ਹਾਂ ਕਿ ਮੇਰੇ ਗੀਤ ਵੀ ਚੱਲ ਗਏ, ਚਾਹੇ ਉਹ ਕਿਸੇ ਗਾਇਕ ਦੀ ਵਜ੍ਹਾ ਨਾਲ ਚੱਲ ਗਏ ਜਾਂ ਕਿਸੇ ਸੰਗੀਤਕਾਰ ਜਾਂ ਕੰਪਨੀ ਦੀ ਪ੍ਰਮੋਸ਼ਨ ਨਾਲ ਚੱਲ ਗਏ, ਮੈਨੂੰ ਉਹਦਾ ਫਾਇਦਾ ਹੋਇਆ। ਫਿਰ ਗਾਇਕ ਦੇ ਤੌਰ 'ਤੇ ਪਹਿਲਾਂ ਮੈਨੂੰ ਇੱਕ ਵਾਰ ਗੀਤਕਾਰੀ ਦਾ ਨੁਕਸਾਨ ਮੈਂ ਦੱਸਦਾ ਤੁਹਾਨੂੰ ਕਿ ਮੈਂ ਉਦੋਂ ਗੀਤਕਾਰ ਤੋਂ ਮੇਰੀ ਨਵੀਂ ਐਲਬਮ ਪਹਿਲੀ ਆਈ ਸੀ ਸਾਡੇ ਵਾਰੀ ਰੰਗ ਮੁੱਕਿਆ, ਠੀਕ ਹੈ, ਅਤੇ ਮੇਰਾ ਟੀਵੀ 'ਤੇ ਗਾਣਾ ਆਇਆ ਸੀ, ਅਤੇ ਮੈਂ ਚੰਡੀਗੜ੍ਹ ਜਾਂਦਾ ਸੀ ਮੋਗੇ ਬਾਈਪਾਸ ਤੋਂ, ਮੈਂ ਬੱਸ ਚੜ੍ਹਦਾ ਹੁੰਦਾ ਸੀ ਉੱਥੋਂ, ਇੱਕ ਦਿਨ ਪਹਿਲਾਂ ਮੇਰਾ ਪ੍ਰੋਗਰਾਮ ਸੀ, ਉਦੋਂ ਗੱਡੀ ਮੇਰੇ ਕੋਲ ਹੈ ਨਹੀਂ ਸੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਗੀਤਕਾਰ ਸੀ, ਨਵਾਂ ਨਵਾਂ ਹਿੱਟ ਹੋਇਆ ਸੀ, ਇੱਕ ਪ੍ਰੋਗਰਾਮ ਵਾਲਾ, ਦੂਸਰੇ ਦਿਨ ਉਹਦੇ ਤਾਂ ਮੈਂ ਗੱਡੀ ਕਿਰਾਏ 'ਤੇ ਲੈ ਗਿਆ, ਦੂਸਰੇ ਦਿਨ ਜਦੋਂ ਮੈਂ ਬੱਸ ਫੜੀ ਉੱਥੋਂ ਤਾਂ ਜਿਹੜੀਆਂ ਬਾਹਰ ਮੰਗਣ ਵਾਲੀਆਂ ਬੁੜੀਆਂ ਖੜ੍ਹੀਆਂ ਹੁੰਦੀਆਂ, ਉਹਨਾਂ ਨੇ ਮੈਨੂੰ ਪਛਾਣ ਲਿਆ ਵੀ ਕੱਲ੍ਹ ਇਹ ਕਲਾਕਾਰ ਇੱਥੇ ਗਾਈ ਜਾਂਦਾ ਸੀ, ਫਿਰ ਮੇਰੇ ਉਹ ਮਗਰ ਭੱਜੀਆਂ, ਖੜ੍ਹ ਜਾਵੇ ਕਲਾਕਾਰ ਆਵੇ ਕੁਛ ਦੇ ਕੇ ਜਾਈਂ ਵੀ ਫਲਾਣਾ, ਕਿ ਮੈਂ ਭੱਜ ਕੇ ਬੱਸ ਚੜ੍ਹ ਗਿਆ ਤਾਂ, ਫਿਰ ਮੈਨੂੰ ਮਹਿਸੂਸ ਹੋਇਆ ਜੇ ਮੈਂ ਗੀਤ ਕਰਨਾ ਹੁੰਦਾ ਤਾਂ ਮੇਰੇ ਕੋਲ ਪਹਿਲਾਂ ਤੋਂ ਗਾਇਕ ਹੁੰਦਾ, ਮੇਰੇ ਕੋਲ ਅੱਜ ਗੱਡੀ ਹੋਣੀ ਸੀਗੀ, ਫਿਰ ਮੈਨੂੰ ਲੱਗਿਆ ਨਾਮ ਦਾ ਫਾਇਦਾ ਵੀ ਹੈ ਕਿ ਲੋਕ ਪਿਆਰ ਕਰਦੇ, ਉਹਦੇ ਮੈਨੂੰ ਲੱਗਿਆ ਜੇ ਨਾਮ ਨਾ ਹੁੰਦਾ ਮੈਨੂੰ ਥੋੜ੍ਹਾ ਪਜਾਣਾ ਸੀ, ਫਿਰ ਗੱਡੀਆਂ ਲਈਆਂ, ਉਦੋਂ ਇਹ ਫਾਇਦਾ ਹੋਇਆ। ਗਾਇਕ ਦੇ ਤੌਰ 'ਤੇ ਪਤਾ ਹੀ ਸਭ ਨੂੰ ਕਿ ਵਧੀਆ ਚੰਗੀ ਥਾਂ 'ਤੇ ਘੁੰਮਦੇ ਹਾਂ, ਚੰਗਾ ਖਾਂਦੇ ਹਾਂ, ਅਤੇ ਅਦਾਕਾਰ ਦੇ ਤੌਰ 'ਤੇ ਮੇਰੀ ਫਿਲਮ ਕਿੱਥੇ ਚੱਲੀ ਕਿੱਥੇ ਨਹੀਂ ਚੱਲੀ, ਜਿਹਨੇ ਦੇਖੀ ਉਹਨੇ ਪਸੰਦ ਕੀਤੀ, ਜਿਹਨੇ ਨਹੀਂ ਦੇਖੀ ਉਹ ਜੋ ਵੀ ਕਵੇ। ਫਾਈਨੈਂਸ਼ੀਅਲੀ ਬੇਸ਼ੱਕ ਮੈਨੂੰ ਥੋੜ੍ਹਾ ਬਹੁਤਾ ਨੁਕਸਾਨ ਹੋਇਆ ਹੋ ਸਕਦਾ,
ਪਰ ਮੇਰੀ ਰੂਹ ਨੂੰ ਸਕੂਨ ਮਿਲਿਆ ਕਿ ਮੇਰੀ ਐਕਟਿੰਗ ਨੂੰ ਕਿਸੇ ਇਹ ਨਹੀਂ ਕਿਹਾ ਵੀ ਮਾੜੀ ਕੀਤੀ ਚੰਗੀ ਕਿੰਨੀ ਕੀਤੀ ਮੈਂ ਨਹੀਂ ਜਾਣਦਾ। ਪਰ ਉਹ ਆਈਡੀਆ ਵੀ ਐਸਾ ਸੀ ਕਿ ਇੱਥੇ ਕੈਨੇਡਾ ਵਸਦੇ ਲੋਕਾਂ ਨੇ ਜਿਹਨੇ ਪਹਿਲਾਂ ਥੀਏਟਰਾਂ 'ਚ ਦੇਖ ਲਈ ਉਹ ਵੀ ਬਾਅਦ 'ਚ ਲੋਕਾਂ ਨੇ ਬੱਚਿਆਂ ਨੂੰ ਦਿਖਾਉਣ ਵਾਸਤੇ ਬਹੁਤ ਰੱਖੀ ਆ। ਔਰ ਅੱਜ ਵੀ ਮੇਰੀ ਕੋਸ਼ਿਸ਼ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਮੈਂ ਉਹ ਵਿਸ਼ਾ 'ਚ ਉਹੀ ਲਿਆ ਸੀਗਾ। ਇੱਥੇ ਅੱਗੇ ਵੀ ਮਹਿਸੂਸ ਹੁੰਦਾ ਉੱਥੇ ਵੀ ਜਨਰੇਸ਼ਨ ਗੈਪ ਆ ਜਿਹੜਾ ਬੱਚਿਆਂ ਅਤੇ ਮਾਪਿਆਂ ਵਿਚਲਾ ਫਾਸਲਾ ਜਦੋਂ ਦੇ ਇੰਟਰਨੈਟ ਮੋਬਾਈਲ 'ਤੇ ਚੈਨਲ ਆਏ ਵੀ ਆਪਦੇ ਬੱਚਿਆਂ ਨੂੰ ਜ਼ਰੂਰ ਦਿਖਾਉਣ, ਚਾਹੇ ਡੁਪਲੀਕੇਟ ਸੀਡੀ ਲੈ ਕੇ ਦਿਖਾਉਣ। ਮੈਂ ਨਹੀਂ ਕਹਿੰਦਾ ਸਾਨੂੰ ਕੋਈ ਮਿਹਨਤ ਕਮਾਈ ਨਹੀਂ ਹੋਣੀ ਹੁਣ, ਪਰ ਮੈਂ ਆਈਡੀਆ ਉਸ ਲਿਆ ਸੀ ਕਿ ਲੋਕਾਂ ਦੇ ਕੰਮ ਆਉਣ ਵਾਲਾ, ਕਲਚਰ ਲਈ ਕੁਛ ਕਰ ਸਕੀਏ। ਦੁਬਾਰਾ ਆਉਂਦੇ ਹਾਂ ਗਾਇਕੀ ਵਾਲੇ ਪਾਸੇ ਨੂੰ। ਅੱਜ ਕੱਲ੍ਹ ਜੋ ਪੰਜਾਬ ਦੇ ਵਿੱਚ ਰੁਝਾਨ ਹੈ ਜਾਂ ਪੰਜਾਬੋਂ ਬਾਹਰ ਵੀ ਪੂਰੇ ਵਰਲਡ ਦੇ ਵਿੱਚ ਜਿਹੜੀ ਗਾਇਕੀ ਜਿੱਧਰ ਨੂੰ ਜਾ ਰਹੀ ਹੈ, ਪੁੱਠੇ ਪਾਸੇ ਨੂੰ ਜਾ ਰਹੀ ਹੈ, ਅਤੇ ਪੰਜਾਬ ਦੇ ਵਿੱਚ ਗਾਇਕਾਂ ਦੇ ਘਰਾਂ ਮੂਹਰੇ ਧਰਨੇ ਵੀ ਦਿੱਤੇ ਜਾ ਰਹੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ, ਕੀ ਸੁਨੇਹਾ ਦੇਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? ਦਰਸ਼ਕਾਂ ਨੂੰ ਸੁਨੇਹਾ ਨਹੀਂ, ਅਸੀਂ ਵੈਸੇ ਆਪਣਾ ਕੈਰੀਅਰ ਦਰਸ਼ਕਾਂ ਦੇ ਸੁਨੇਹਿਆਂ ਨਾਲ ਅੱਗੇ ਤੋਰਦੇ ਹਾਂ। ਜੇ ਸਾਨੂੰ ਕੋਈ ਰੋਕਦਾ ਟੋਕਦਾ ਅਸੀਂ ਉੱਥੋਂ ਸਾਈਡ ਲੈਂਦੇ ਹਾਂ। ਇਹਦੇ 'ਚ ਕਸੂਰ ਗਾਇਕਾਂ ਦਾ ਵੀ ਹੈ, ਕੰਪਨੀਆਂ ਦਾ ਵੀ ਹੈ, ਕਿਉਂਕਿ ਕੰਪਨੀਆਂ ਬਹੁਤੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਪੰਜਾਬ ਤੋਂ ਬਾਹਰ ਦੇ ਲੋਕਾਂ ਦੀਆਂ, ਕੋਈ ਦਿੱਲੀ ਦੀ, ਕੋਈ ਬੰਬੇ ਦੀ ਹੈ, ਉਹਨੂੰ ਪੰਜਾਬੀ ਨਾਲ ਪੰਜਾਬੀ ਕਲਚਰ ਨਾਲ ਨਾ ਮੋਹਾ ਨਾ ਕੋਈ ਉਹਨਾਂ ਦਿਮਾਗ 'ਚ ਭਾਵਨਾ ਕੋਈ ਕੁਛ ਕਰਨਾ ਸੀ। ਬਾਕੀ ਇਹ ਵੀ ਮੈਂ 2001 ਦੇ ਵਿੱਚ ਦੁਗਾਣਿਆਂ ਦਾ ਸਫ਼ਰ ਸ਼ੁਰੂ ਕੀਤਾ ਸੀ ਦੇਸੀ ਪੌਪ ਦੇ ਨਾਮ ਨਾਲ। ਉਦੋਂ ਤੱਕ ਪਹਿਲੀ ਟੇਪ ਕੱਢੀ, ਦੂਜੀ ਕੱਢੀ ਨਾਗ ਦੀ ਬੱਚੀ, ਜਿਸ 'ਚ ਗਾਣਾ ਸਰਪੰਚੀ ਲੈ ਲੈ, ਫਿਰ ਲੋਕ ਸਭਾ ਤੋਂ ਚੰਗੇ, ਮੈਂ ਆਪਣੇ ਵੱਲੋਂ ਪਰਿਵਾਰਕ ਦੁਗਾਣੇ, ਜਦੋਂ ਕਹਿੰਦੇ ਹੁੰਦੇ ਦੁਗਾਣਾ ਗਾਇਕੀ ਲੱਚਰ ਹੁੰਦੀ ਹੈ, ਕੀਤਾ ਸੀ 4 ਸਾਲ ਬਾਅਦ। ਫਿਰ ਕੁਛ ਹੋਰ ਤਰ੍ਹਾਂ ਦੇ ਦੁਗਾਣੇ ਫਿਰ ਆ ਗਏ ਸਕੂਲਾਂ ਕਾਲਜਾਂ ਵਾਲੇ, ਜਿਹਦੇ ਵਿੱਚ ਮੈਡਮ ਐਸ ਪੂਜਾ ਜੀ ਆਏ, ਹੋਰ ਬਹੁਤ ਸਾਰੀਆਂ ਕੁੜੀਆਂ ਨੇ ਗਾਣਾ ਸ਼ੁਰੂ ਕੀਤਾ। ਉਹ ਫਿਰ ਉੱਥੇ ਫਿਰ ਆ ਗਈ, ਕਿਉਂਕਿ ਉਸ ਲੈਵਲ ਦੇ ਉੱਤੇ ਮੈਟਰ ਸਿਲੈਕਟ ਨਹੀਂ ਕੀਤਾ ਗਿਆ, ਫਿਰ ਮੈਂ ਚੁੱਪ ਕਰਕੇ ਬਹਿ ਗਿਆ। ਫਿਰ ਮੈਂ ਇੱਕ ਨਵਾਂ ਫਿਰ ਤਜਰਬਾ ਕੀਤਾ ਸੀ ਰੀਬਰਥ ਐਲਬਮ ਰਾਹੀਂ, ਹਾਲਾਂਕਿ ਮੇਰੀ ਸੋਚ ਦੀ ਐਲਬਮ ਨਹੀਂ ਸੀ ਉਹ, ਪਰ ਮੈਨੂੰ ਇਸ ਜੋ ਚੱਲ ਰਿਹਾ ਮੈਨੂੰ ਵੀ ਉਹਦੇ ਮੁਤਾਬਕ ਚੱਲਣਾ ਪਊ, ਨਹੀਂ ਤਾਂ ਘਰੇ ਬਹਿ ਜਾਵਾਂਗੇ। ਉਸ ਤੋਂ ਬਾਅਦ ਮੈਂ ਪਿੱਛੇ ਹਟ ਗਿਆ, ਜਿਹੜੇ ਉਹ ਮੈਂ ਐਲਬਮ ਰਾਹੀਂ ਪ੍ਰਮੋਟ ਹੋਏ, ਜਿਹਨਾਂ ਮੂਹਰੇ ਧਰਨੇ ਦੇਣ ਦੀ ਗੱਲ ਕਰਦੇ ਹਾਂ, ਚਾਹੇ ਹਨੀ ਸਿੰਘ ਹੋਣੀ ਹੈ ਜਾਂ ਉਹਨਾਂ ਨਾਲ ਜਿਹਨਾਂ ਨੇ ਵੀ ਕੰਮ ਕੀਤਾ, ਉਸ ਤੋਂ ਅੱਗੇ ਦੀ ਗੱਲ ਕਰਨ ਵਾਸਤੇ ਅਗਲਾ ਹੋਰ ਕਮਰਸ਼ੀਅਲ ਹੋ ਜਾਂਦਾ। ਅੱਜ ਜਿਹਨਾਂ ਦੇ ਮੂਹਰੇ ਧਰਨੇ ਦਿੱਤੇ ਜਾ ਰਹੇ ਆ, ਜੇ ਉਹ ਇਸੇ ਤਰ੍ਹਾਂ ਗਾਉਂਦੇ ਰਹੇ ਤਾਂ ਸਾਨੂੰ ਉਹਨਾਂ ਨਾਲ ਕੰਪੀਟੀਸ਼ਨ ਲੜਨ ਵਾਸਤੇ ਹੋਰ ਗਿਰਨਾ ਪਊਗਾ। ਅਤੇ ਮੈਂ ਕਹਿੰਦਾ ਜੇ ਚੰਗੀਆਂ ਚੀਜ਼ਾਂ ਐਪਰੀਸ਼ੀਏਟ ਹੁੰਦੀਆਂ ਨੇ, ਬਾਹਰਲੇ ਲੋਕਾਂ ਤੋਂ ਉਮੀਦ ਆ, ਬਾਹਰਲੇ ਮੀਡੀਆ ਤੋਂ ਉਮੀਦ ਆ ਸਾਨੂੰ, ਇੱਥੇ ਲੋਕ ਮਹਿਸੂਸ ਕਰਦੇ ਸਾਡਾ ਕਲਚਰ ਸਾਡਾ ਸੱਭਿਆਚਾਰ ਬੋਲੀ ਪਿੱਛੇ ਰਹਿ ਗਈ, ਅਸੀਂ ਬਹੁਤ ਕੁਝ ਪਿੱਛੇ ਖੋ ਚੁੱਕੇ ਹਾਂ, ਉਹਦੇ ਵੱਲੋਂ ਮੁੜਦੇ ਆ। ਮੀਡੀਆ ਤੋਂ ਵੀ ਅਸੀਂ ਇਹੀ ਆਸ ਕਰਦੇ ਹਾਂ, ਮਤਲਬ ਜਿਹੜੇ ਉਹ ਚੰਗੀ ਗਾਇਕੀ ਨੂੰ ਚੰਗੀ ਗੀਤਕਾਰੀ ਨੂੰ ਪ੍ਰਮੋਟ ਕਰਨ, ਅਤੇ ਤੁਹਾਡੇ ਤੋਂ ਵੀ ਇਹੀ ਆਸ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਤੁਸੀਂ ਇਸੇ ਮਿਆਰ ਨੂੰ ਕਾਇਮ ਰੱਖੋਗੇ। ਗੱਲ ਕਰਦੇ ਹਾਂ ਕਿਸੇ ਵੀ ਗਾਇਕ ਦੇ ਵਿੱਚ ਬਹੁਤੀ ਵੇਰ ਅਜਿਹਾ ਵੇਲਾ ਆਉਂਦਾ ਹੈ ਕਿ ਉਹ ਚਾਹੁੰਦਿਆਂ ਹੋਇਆਂ ਜਾਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਰਾਹ ਤੋਂ ਭੜਕ ਜਾਂਦਾ ਹੈ। ਬਹੁਤੇ ਗੀਤਕਾਰ ਜਾਂ ਬਹੁਤੇ ਜਿਹੜੇ ਗਾਇਕ ਨੇ ਉਹ ਕਈ ਵਾਰ ਨਸ਼ਿਆਂ ਵੱਲ ਪੈ ਜਾਂਦੇ ਨੇ, ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਅਜਿਹਾ ਕੋਈ ਵੇਲਾ ਆਇਆ? ਮੈਂ ਸਾਰਾ ਕੁਛ ਕੀਤਾ ਜੀ, ਠੀਕ ਹੈ, ਨਸ਼ਿਆਂ ਵੱਲ ਵੀ ਪੈ ਕੇ ਦੇਖਿਆ, ਅਤੇ ਗੀਤਕਾਰੀ ਦੇ ਤੌਰ 'ਤੇ ਵੀ ਮੈਂ ਭਟਕਿਆ, ਗਾਇਕੀ ਦੇ ਤੌਰ 'ਤੇ ਵੀ ਭਟਕਿਆ। ਜਦੋਂ ਕੋਈ ਸਾਹਮਣੇ ਹਿੱਟ ਸੁਪਰ ਹਿੱਟ ਹੁੰਦਾ, ਮੇਰੇ ਬੱਚੇ ਸਕੂਲੋਂ ਆ ਕੇ ਮੈਨੂੰ ਕਹਿੰਦੇ ਪਾਪਾ ਫਲਾਨੇ ਇੱਕ ਆਰਟਿਸਟ ਨੂੰ ਸਾਰੇ ਜਾਣਦੇ ਆ, ਫਲਾਨੇ ਨੂੰ ਉਹਨੂੰ ਵੀ ਜਾਣਦੇ, ਉਹਨੂੰ ਵੀ ਜਾਣਦੇ ਆ, ਚੰਡੀਗੜ੍ਹ ਦੇ ਵਿੱਚ ਬੱਚੇ ਪੜ੍ਹਦੇ, ਉਹ ਕਹਿੰਦੇ ਤੁਹਾਨੂੰ ਕੋਈ ਨਹੀਂ ਜਾਣਦਾ। ਮੈਂ ਇੱਕ ਵਾਰ ਇੱਥੇ ਟੋਰਾਂਟੋ ਵੀ ਗੱਲ ਹੋਈ ਸੀ, ਕੋਈ ਬੁੱਧੀਜੀਵੀ ਬਜ਼ੁਰਗ ਨਾਲ ਬੈਠਾ ਸੀ, ਉਹ ਕਹਿ ਰਹੇ ਕਿ ਅੱਜ ਕੱਲ੍ਹ ਲੋਕ ਕਲਚਰ ਲਗਾਉਣਾ ਛੱਡ ਗਏ, ਸੱਭਿਆਚਾਰਕ ਨਹੀਂ ਗਾਉਂਦੇ, ਇਸ ਤਰ੍ਹਾਂ ਦੀ ਗਾਇਕੀ ਉਸ ਤਰ੍ਹਾਂ ਦੀ। ਮੈਂ ਉਹਨੂੰ ਪੁੱਛਿਆ ਵੀ ਅੰਕਲ ਤੁਸੀਂ ਮੈਨੂੰ ਜਾਣਦੇ ਹੋ? ਕਹਿੰਦੇ ਨਹੀਂ। ਮੈਂ ਕਿਹਾ ਤੁਸੀਂ ਮੈਨੂੰ ਇਸ ਕਰਕੇ ਨਹੀਂ ਜਾਣਦੇ ਕਿਉਂਕਿ ਮੈਂ ਕਲਚਰ ਲਗਾਉਣਾ, ਤੁਸੀਂ ਜਾਣਦੇ ਵੀ ਉਹਨੂੰ ਉਹਨੂੰ ਜਿਹਦੀ ਵੀ ਆਲੋਚਨਾ ਕਰਦੇ ਹੋ, ਤੁਸੀਂ ਸਾਨੂੰ ਪ੍ਰਮੋਟ ਕਰੋ ਨਾ, ਜਾਣੋ ਸਾਨੂੰ ਅਸੀਂ ਕੌਣ, ਅਸੀਂ ਗਾਉਣੇ, ਫਿਰ ਅਸੀਂ ਉਹ ਆਪੇ ਪਿੱਛੇ ਹਟ ਜਾਣਗੇ। ਤੁਸੀਂ ਪ੍ਰਮੋਟ ਹੀ ਉਹਨੂੰ ਕਰਦੇ ਹੋ, ਡੀਜੇ ਦੇ ਗਾਣੇ ਤੁਹਾਡੇ ਵਿਆਹਾਂ ਦੇ ਵਿੱਚ ਉਹਨਾਂ ਦੇ ਚੱਲਦੇ ਆ, ਸਭ ਤੋਂ ਵੱਧ ਪੈਸੇ ਲੈ ਕੇ ਬੁੱਕ ਉਹ ਹੁੰਦੇ ਆ, ਔਰ ਉਹਨਾਂ ਦੀ ਹੀ ਆਲੋਚਨਾ ਹੁੰਦੀ ਹੈ ਜਿਹਨੂੰ ਜਾਣੀਦਾ। ਅਤੇ ਇਸ ਚੀਜ਼ ਦੇ ਨਾਲ ਹੀ ਇਹਦੇ ਸੁਧਾਰ ਹੋ ਸਕਦੇ, ਇਸ ਦੇ ਨਾਲ ਇੱਕ ਚੰਗੀਆਂ ਚੀਜ਼ਾਂ ਐਪਰੀਸ਼ੀਏਟ ਹੋਣ 'ਚ। ਠੀਕ ਹੈ ਜੀ, ਬਹੁਤ ਬਹੁਤ ਖੂਬ। ਕੈਨੇਡਾ ਆਉਣ ਦਾ ਇਸ ਵਾਰ ਕਿੱਦਾਂ ਸਬੱਬ ਬਣਿਆ? ਸ਼ੋਅ ਕਰਨ ਜਾ ਰਹੇ ਹੋ ਕਿੱਥੇ ਕਿੱਥੇ ਅਤੇ ਕਦੋਂ ਕਦੋਂ ਹੋ ਰਹੇ? ਵੈਸੇ ਸਾਡੇ ਇੱਥੇ ਹੁਣ ਪ੍ਰਮੋਟਰ ਨੇ ਰਜਿੰਦਰ ਸਿੱਧੂ ਜੀ ਐਡਮਿੰਟਨ ਤੋਂ ਅਤੇ ਤਲਵਿੰਦਰ ਪਨੇਸਰ, ਉਹਨਾਂ ਨੇ ਸਾਨੂੰ ਬੁਲਾਇਆ, ਇੱਥੇ ਸ਼ੋਅ ਪਲੈਨ ਹੋ ਰਹੇ ਆ ਤਕਰੀਬਨ ਜੂਨ ਜੁਲਾਈ ਦੇ, ਉਹਦੇ ਵਿੱਚ ਡੇਟਾਂ ਕੁਛ ਡਿਸਾਈਡ ਹੋ ਰਹੀਆਂ, ਅੱਜ ਜਾਂ ਕੱਲ੍ਹ ਦੇ ਵਿੱਚ ਹੋ ਜਾਣਗੀਆਂ।
ਤਾਂ ਉਹ ਨਾਲ ਦੀ ਨਾਲ ਅਨਾਊਂਸਮੈਂਟ ਸ਼ੁਰੂ ਹੋ ਜਾਏਗੀ, ਕਿਉਂਕਿ ਸ਼ੋਅ ਬਹੁਤ ਆਏ ਹੋਏ ਸੀ ਇਸ ਕਰਕੇ ਸਾਨੂੰ ਕਿਤੇ ਹਾਲ ਨਾ ਮਿਲਣਾ ਕਿਸੇ ਹੋਰ ਵਜ੍ਹਾ ਨਾਲ ਥੋੜ੍ਹਾ ਡਿਲੇਅ ਹੋਇਆ ਪ੍ਰੋਗਰਾਮ।